ਸਿੰਗਰ ਤੇ ਐਕਟਰ ਰਣਜੀਤ ਬਾਵਾ ਦੀ ਆਉਣ ਵਾਲੀ ਪੰਜਾਬੀ ਫਿਲਮ ਪੁਰਾਣਾ ਟੂ ਦਾ ਟ੍ਰੇਲਰ ਹੋਇਆ ਰਿਲੀਜ਼ ਜੀ ਹਾਂ ਰੀਸੈਂਟਲੀ ਇਸ ਫਿਲਮ ਦੇ ਟ੍ਰੇਲਰ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ ਵਾਈਟ ਹਿਲ 뮤직 ਦੇ ਆਫੀਸ਼ੀਅਲ YouTube ਚੈਨਲ ਦੇ ਉੱਤੇ ਇਸ ਟ੍ਰੇਲਰ ਨੂੰ ਲੋਕਾਂ ਦਾ ਕਾਫੀ ਚੰਗਾ ਰਿਸਪੌਂਸ ਮਿਲ ਰਿਹਾ ਹੈ ਵੱਲ ਦੱਸਦੀ ਹੈ ਕਿ ਪੁਰਾਣਾ ਟੂ ਨੂੰ ਵੇਖਣ ਲਈ ਲੋਕ ਕਾਫੀ ਜ਼ਿਆਦਾ ਐਕਸਾਈਟਿਡ ਹੋ ਚੁੱਕੇ ਨੇ ਸਿੰਗਰ ਤੇ ਐਕਟਰ ਰਣਜੀਤ ਬਾਵਾ ਦੀ ਇਹ ਫਿਲਮ ਹੈ ਜਿਸ ਦਾ ਟ੍ਰੇਲਰ ਰੀਸੈਂਟਲੀ ਰਿਲੀਜ਼ ਕੀਤਾ ਗਿਆ ਹੈ ਵੱਲ ਇਸ ਫਿਲਮ ਦੇ ਵਿੱਚ ਸਾਨੂੰ ਰਣਜੀਤ ਰੰਜੀਤ ਬਾਵਾ ਦੇ ਨਾਲ-ਨਾਲ ਅਦਿੱਤੀ ਸ਼ਰਮਾ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣ ਵਾਲੇ ਨੇ ਫਿਲਮ ਦੇ ਵਿੱਚ ਰੰਜੀਤ ਬਾਵਾ ਅਦਿੱਤੀ ਸ਼ਰਮਾ ਗੁਰਪ੍ਰੀਤ ਖੁੱਗੀ ਅਜੇ ਹੁੱਡਾ ਦਾਰਾ ਤਾਲੀਵਾਲ ਆਸ਼ਿਨ ਬਰਾੜ ਤਾਰਕੇਸਟਰੀ ਫੇਥ ਐਲਿਸਾ ਟਰਬੀ ਮੁਹੰਮਦ ਨਸਰੁੱਲਾ ਨਵਮਾਨ ਯੂਕੇ ਜਗਤਾਰ ਬੈਣੀਪਾਲ ਪ੍ਰਵੀਨ ਕੌਰ ਦੁਸਤਿੰਦਰ ਵੀਰ ਕੌਰ ਬਾਰਬਰਾ ਸੁਖਮਨੀ ਕੁਲਵੰਤ ਖਰਮੀ ਨੀਲਮ ਸੁਦੀਰ ਪੌਲ ਰੁਪੀਤ ਜੈਦੀਨ ਹਰਦੀਪ ਕੌਰ ਜ਼ਾਇਆ ਮਲਿਕ ਹਰ ਜੀਤ ਕੈਂਠ ਚੰਚਲ ਦਾਬਰਾ ਤੇ ਖਤੀਜਾ ਕਕੇਰ ਨਜ਼ਰ ਆਉਣ ਵਾਲੀ ਨੇ ਮੈਂ ਦੱਸ ਦਈਏ ਕਿ ਫਿਲਮ ਦੀ ਕਹਾਣੀ ਨੂੰ ਧੀਰਜ ਕੇਦਾਰਨਾਥ ਰਤਨ ਦੇ ਵੱਲੋਂ ਲਿਖਿਆ ਗਿਆ ਹੈ ਜਿਨ੍ਹਾਂ ਦੀਆਂ ਲਿਖੀਆਂ ਕਹਾਣੀਆਂ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆਉਂਦੀਆਂ ਨੇ ਇਸ ਫਿਲਮ ਦੇ ਡਾਇਰੈਕਸ਼ਨ ਦੀ ਗੱਲ ਕਰੀਏ ਤੇ ਪ੍ਰੋਨਾ 2 ਨੂੰ ਡਾਇਰੈਕਟ ਕੀਤਾ ਗਿਆ ਹੈ ਸ਼ਿਤੇਜ ਚੌਧਰੀ ਦੇ ਵੱਲੋਂ ਜੋ ਕਿ ਆਪਣੇ ਐਕਸਪੈਰੀਮੈਂਟਿੰਗ ਸਿਨੇਮਾ ਲਈ ਜਾਣੇ ਜਾਂਦੇ ਨੇ ਜੋ ਕਿ ਯੂਨੀਕ ਫਿਲਮਾਂ ਲੈ ਕੇ ਆਉਂਦੇ ਨੇ ਸੁਨਾਲੀ ਪ੍ਰੋਨਾ 2 ਦੇ ਟ੍ਰੇਲਰ ਨੂੰ ਵੇਖ ਕੇ ਵੀ ਲੱਗ ਰਿਹਾ ਹੈ ਕਿ ਕਾਫੀ ਡਿਫਰੈਂਟ ਕਾਫੀ ਯੂਨੀਕ ਕਨਸੈਪਟ ਹੋਣ ਵਾਲਾ ਹੈ ਯਾਨਕਿ ਸੀਨੀਅਰ ਤੇ ਲੇਟੈਸਟ ਘਰ ਵਾਲੇ ਦਾ ਚੱਕਰ ਹੈ ਜਿਹੜਾ ਉਹ ਤਾਹ ਨੂੰ ਕਾਫੀ ਕਨਫਿਊਜ਼ ਕਰੇਗਾ ਹਸਾਵੇਗਾ ਸੋ ਇਹ ਫਿਲਮ ਦੇ ਵਿੱਚ ਸਾਨੂੰ ਇਹ ਨਜ਼ਰ ਆਉਣ ਵਾਲਾ ਹੈ ਗੁਰਪ੍ਰੀਤ ਕੁੱਗੀ ਤੇ ਰਣਜੀਤ ਬਾਵਾ ਦੀ ਇੱਕ ਖੱਟੀ ਮਿੱਟੀ ਔਨ ਸਕ੍ਰੀਨ ਕੈਮਿਸਟਰੀ ਵੀ ਨਜ਼ਰ ਆਵੇਗੀ ਬੱਲੇ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਮਨੀ ਟਾਲੀਵਾਲ ਮੋਹਿਤ ਬਨਵੈਤ ਇੰਦਰ ਨਾਗਰਾ ਸੁਰਿੰਦਰ ਸੋਹਣ ਪਾਲ ਯੂਕੇ ਤੇ ਇਸ ਫਿਲਮ ਨੂੰ ਵਰਲਡ ਵਾਈਡ ਡਿਸਟ੍ਰਿਬਿਊਟ ਕੀਤਾ ਜਾ ਰਿਹਾ ਹੈ ਵਾਈਟ ਹਿਲ ਸਟੂਡੀਓਜ਼ ਦੇ ਵੱਲੋਂ ਬੱਲੇ ਜੇਕਰ ਇਸ ਦੀ ਪਰਟੀਕੂਲਰ ਰੀਲੀਜ਼ ਡੇਟ ਦੀ ਗੱਲ ਕਰੀਏ ਤੇ ਰੀਲੀਜ਼ ਡੇਟ ਸਾਹਮਣੇ ਆ ਚੁੱਕੀ ਹੈ ਫਿਲਮ 29 ਮਾਰਚ 2024 ਯਾਨੀ ਕਿ ਇਸੇ ਮਹੀਨੇ 29 ਤਰੀਕ ਨੂੰ ਹੋਣ ਵਾਲੀ ਹੈ ਰੀਲੀਜ਼ ਸੋ ਕਿੰਨੇ ਐਕਸਾਈਟਡ ਹੋ ਰੰਜੀਤ ਬਾਵਾ ਗੁਰਪ੍ਰੀਤ ਖੁੱਗੀ ਤੇ ਅਦਿੱਤੀ ਸ਼ਰਮਾ ਦੀ ਇਸ ਫਿਲਮ ਨੂੰ ਵੇਖਣ ਲਈ ਕਮੈਂਟ ਕਰਕੇ ਜ਼ਰੂਰ ਦੱਸੋ ਪੁਰਾਣਾ ਫਿਲਮ ਤੁਹਾਨੂੰ ਕਿਹੋ ਜਿਹੀ ਲੱਗੀ ਸੀ ਇਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਫਿਲਮ ਦੇ ਸੀਕਵਲ ਪੁਰਾਣਾ 2 ਲਈ ਕਿੰਨੇ ਐਕਸਾਈਟਡ ਹੋ ਇਹ ਵੀ ਕਮੈਂਟ ਕਰਕੇ ਦੱਸਣਾ ਬਿਲਕੁਲ ਨਾ ਭੁੱਲਣਾ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਹ ਨਾ ਹੀ ਇਲਾਵਾ ਪਾਲੀਵੁੱਡ ਦੀ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ